जेड़े भेजे ने रब ने उना सरदारां दा क्या कहना याल याल आप जेड़े भेजे ने रब ने रब ने उना सरदारां दा क्या कहना सरदारां दा क्या बद्दे सानी में पढ़नी नहीं दिला तो नश करे समर में खड़े ने बेटे ने रब ने उना सरदारां दा क्या कहना बुजुर्गों जवानों सर चवे पाकली तू गिन के ते मादी तई इन्ना बारा दा क्या कहना बोलो सरदारा दा क्या कहना इन्ना बारा दा क्या कहना तुहाडा भी क्या कहना मेरा भी क्या कहना सरदारा दा क्या कहना इन्हां बारां दा क्या कहना इन्हें मेरे चार यारां दा ऐ जिहड़े पिछू खड़े ना क्या कहना बड़ी कमाल सत्तर आ गई है साईं मंजूर दी कबर ते बोसे देवां मौला दर्जात बुलंद फरमावे कमाल लोग हैं ये उन्हां दा लिखिया कसीदा ईदी दीवार मोरे नबूवत सवारे बतूल दे बचड़े वलैल दिया जुल्फात हाथ चिन तुहाड़ी सोहनी चुप दी कसम जिदे जिदे इमामत मुड़ेंदी ए नबूवत मुड़ वेंदी गलियां दे मोड़ कटेंदे होए सरवरे कैनात गली चू लंघे अगू एक बंदा मिल पे आए देख क्या था बड़ी सोहनी सवारी बड़ी आला सवारी बड़ी बुलंद सवारी बड़ी सोहनी सवारी बड़ी चंगी सवारी मैं वेख भाई जद बार बार उस बंदे आख्या मौला बहु सोहनी सवारी बड़ी सोहनी सवारी हसने दे नाने नु जला लाए उस बंदे दे पासे देख के बतूल दे बाबे ने आख्या क्या है हसे सवारी ते चढ़न वाले ऐसे वारां दा क्या कहना राधी रवे होए डिगर दे वेले जड़ा मामल तैयारे सुबरा तू कदी
ਬੰਦ ਦਰਵਾਜ਼ਾ ਵੇਦੀਏ ਕਦੀ ਵੇਦੀਏ ਭੈਣ ਮੇਰਾ ਕਦੀ ਬੰਦ ਦਰਵਾਜ਼ਾ ਵੇਦੀਏ ਕਦਾ ਵੇਦੀਏ ਭੈਣ ਆਦਾ ਪਿਆ ਕਦੀ ਮਿੰਨਤ ਕਰੇ ਦੀਏ ਆ ਬਾਬੇ ਦੀਏ ਕਦੀ ਯਾਦੀਏ ਆਉਣ ਦੀ ਮਾਂ ਕੂ ਰੋ ਰੋ ਕੇ ਆਦੀਏ ਜਦਾ ਸਿਰੇ ਪਾਵੋ ਅਕਬਰ ਨੂੰ ਇੱਕ ਖਤ ਲਿਖਿਆ ਹੈ ਸੁਬਹ ਵਾਹ ਬਾਈ ਵਾਹ ਮੈਂ ਸਦਕੇ ਜਾਵਾਂ ਰੋਵਣ ਬਾਈ ਨੌਕਰਾਂ ਮੈਨੇ ਆਦਮਨ ਜਦਾ ਸਿਰੇ ਪਾਵੋ ਅਕਬਰ ਨੂੰ ਇੱਕ ਖਤ ਲਿਖਿਆ ਹੈ ਸਤਰਾਂ ਯਾਦ ਆ ਗਈਆਂ ਜ਼ਿੰਦਗੀ ਦੀਆਂ ਗੱਲਾਂ ਹੁੰਦੀਆਂ ਬਾਈ ਗੁਲਾਮ ਅਬਾਸ ਕਦੀ ਕਦੀ ਜੋ ਆਉਣਾ ਹੁੰਦਾ ਸ਼ਾਲਾ ਸਾਹ ਇਸ ਜ਼ਿਕਰ ਚ ਮੁੱਕ ਵੰਜਨ ਆਦਾ ਪਿਆ ਤੁਰੇ ਮਹਮਲ ਨਹੀਂ ਅਜਾ ਵਤਨ ਤੂੰ ਆਖੇ ਗਾਜ਼ੀ ਨੀਰ ਵਾਕੇ ਇਮਾਮ ਦੇ ਪਾਸੇ ਦੇ ਕਿਆ ਦਾ ਮੈਂ ਆਪਣੀ ਭੈਣ ਨੂੰ ਘਿਨ ਮੈਦਾ ਵਜੋ ਜ਼ੈਨਬ ਵਤਨ ਵਾਹ ਬਾਈ ਵਾਹ ਨੌਕਰ ਮੈਂ ਆਪਣੀ ਭੈਣ ਨੂੰ ਘਿਨ ਮੈਦਾ ਵਜੋ ਜ਼ੈਨਬ ਵਤਨ ਦਾ ਕਿਵੇਂ ਸਫ਼ਰ ਕਰੇ ਸੀ ਆ ਜੰਗਲਾਂ ਦੇ ਆਖੇ ਕਦਮਾਂ ਤੇ ਹੱਥ ਲਾ ਕੇ ਸਰਦਾਰ ਦੇ ਪਾਸੇ ਦੇਖਿਆ ਦਾ ਜਿੱਥੇ ਦਿਲ ਆਖੀ ਘਰ ਦਫ਼ਨ ਛੋੜੀ ਮੈਨੂੰ ਚੋਪਦਾ ਕਫ਼ਨ ਵਾਹ ਬਾਈ ਵਾਹ ਪਵਾ ਵਫਾ ਦੀ ਹੱਦ ਮੁੱਕ ਗਈ ਹੈ ਉਮਲ ਬਨੀਨ ਦੇ ਬਛੜੇ 'ਤੇ ਤੁਸਾਂ ਸ਼ਾਇਦ ਬੇਨਿਆਜ਼ੀ ਕਰ ਗਏ ਹੋ ਜਾਂ ਮੈਂ ਸਮਝਾ ਨਹੀਂ ਸਕਿਆ ਉਮਲ ਬਨੀਨ ਦਾ ਬਛੜਾ ਰੋਂਦਾ ਪਿਆ ਹੈ ਵਸਦਾ ਮਦੀਨਾ ਹੈ 28 ਰਜਬ ਹੈ ਸਰਦਾਰ ਦੇ ਕਦਮਾਂ 'ਤੇ ਹੱਥ ਲਾ ਕੇ ਖੜਾ ਹੈ ਜਿੱਥੇ ਦਿਲ ਆਖੀ ਕਰ ਦਫ਼ਨ ਛੋੜੀ ਮੈਨੂੰ ਚੁੱਪਦਾ ਕਫ਼ਨ ਭਲਾ ਹੁਣ ਸਮਝ ਆਈਏ ਤੁਹਾਨੂੰ ਮੈਂ ਨੌਕਰਾਂ ਰਾਜਿਆ ਦਾ ਜਿੱਥੇ ਦਿਲ ਆਖੀ ਕਰ ਦਫ਼ਨ ਛੋੜੀ ਮੈਨੂੰ ਚੁੱਪਦਾ ਕਫ਼ਨ ਮਰਵੇ ਸਵਾਈ ਕੀ ਕਰਾਂ ਕਦਮਾਂ 'ਤੇ ਹੱਥ ਲਾਇਆ ਆਵਾਜ਼ ਆਉਂਦੀ ਹੈ ਮੌਲਾ ਨੌਕਰ ਦੀ ਭੇਜ ਹਾਲੇ ਰਹੀ ਬਤੂਲ ਦੀਆਂ ਧੀਆਂ ਤੂੰ ਸਫ਼ਰ ਨਾ ਕਰਾ ਵਤਨ ਵਾਲਿਓ ਕਿਹੜੇ ਰੰਗ ਦੀ ਜ਼ਾਕਰੀ ਸੁਣਦੇ ਹੋ ਹੁਸੈਨ ਬਿਰਾ ਦਾ ਸਰਹਾਨਾ ਲੈ ਰੋ ਰੋ ਕੇ ਦੇਖਣ ਮੇਰੀ ਨਹੀਂ ਨਿਭਦੀ ਜੇ ਨਾਲ ਨਾ ਹੋਵੇ ਖਾਤੂਨ ਦੀ ਕੋਲ ਔਲਾਦ ਸਾਡੀ ਮੰਜ਼ਲ ਹੈ ਡੀਡਾਵੀ ਤੋੜੀ ਅਗੂ ਸਫ਼ਰ ਨਾ ਦੀ ਮਾਂ ਰੋਲੋ 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 ਮੈਂ ਨੌਕਰਾਂ ਸਾਡੀ ਮੰਜ਼ਲ ਹੈ ਡਾਵੀ ਤੋੜੀ
ਅਗੂ ਸਫਰ ਨਾਮ ਹੋ ਜਵਾਨੋ ਸੈਯਦਾ ਦਾ ਕਰਬਲ ਤੂੰ ਖਿਨ ਕੇ ਓ ਸ਼ਾਮ ਤੋੜੀ ਵੈਸੀ ਫੁੱਫੀਆਂ ਨਾਲ ਸਜਾ ਹਰ ਮੋੜ ਤੇ ਬੁਰਕੇ ਓ ਮੈਂ ਕਾਇਨਾਤ ਕੁਰਬਾਨ ਕਰਾਂ ਹੌਸਲਾ ਹੌਸਲਾ ਹਰ ਮੋੜ ਤੇ ਬੁਰਕੇ ਮੰਗਦਾ ਰਾਸੀ ਵਾਹ ਭਾਈ ਸੈਯਦਾ ਦਾ ਮੇਰੀ ਨਹੀਂ ਨਿਭਦੀ ਜੇ ਨਾਲ ਨਾ ਹੋਵੇ ਖਾਤੂਨ ਦੀ ਕੋਲਾ ਔਲਾਦ ਓ ਸੈਯਦਾ ਸਾਡੀ ਮੰਜ਼ਲ ਹੈ ਡੀਡਾਵੀ ਤੋੜੀ ਅਗੂ ਸਫਰ ਨਿਆ ਹੌਸਲਾ ਹੌਸਲਾ ਮੈਂ ਨੌਕਰ ਹਾਂ ਕਾਦੀ ਦੀ ਆਵਾਜ਼ ਆਉਂਦੀ ਹੈ ਮੌਲਾ ਨੌਕਰ ਦੀ ਭੇਜ ਹਾਜ਼ਰ ਰਹੀ ਬਤੂਲ ਦੀਆਂ ਧੀਆਂ ਤੂੰ ਸਫ਼ਰ ਨਾ ਕਰਾਂ ਹੁਸੈਨ ਦਾ ਮਾਮਾ ਖੁੱਲ ਕੇ ਗੱਲ ਚਾਇਆ ਹੈ ਗਾਦੀ ਦੇ ਪਾਸੇ ਦੇ ਕਦਰ ਮੇਰੀ ਨਹੀਂ ਨਿਭਦੀ ਸਾਡੀ ਮੰਜ਼ਲ ਹੈ ਮੈਂ ਸਦਕੇ ਵੰਨਾ ਡੀਡਾਵੀ ਤੋੜੀ ਅਗੂ ਸਫਾ ਦੇਨੇ ਟਾਈਮ ਕਾਫੀ ਹੋ ਗਿਆ ਹੈ ਮਿੰਬਰ ਹੁਸੈਨ ਤੇ ਖੜਾ ਕੱਲ ਮੈਂ ਬੰਦ ਲਿਖ ਕੇ ਦਿੱਤਾ ਹੈ ਮੇਰੇ ਸ਼ਾਗਿਰਦ ਨੇ ਮੈਂ ਸਾਰੇ ਰਾਹ ਰੋਂਦਾ ਰਿਹਾ ਬਾਬਾ ਜੀ ਕੋਈ ਅਜੀਬ ਜਿਹਾ ਬੰਦ ਲਿਖਿਆ ਸੀ ਅਗਰ ਯਾਦ ਅੱਡੇ ਤਾਂ ਸੁਣਾਈ ਵਈ ਉਲਮਾ ਕੋਲ ਸੁਣਿਆ ਨੇ ਜ਼ਾਕਰੀਨ ਕੋਲ ਸੁਣਿਆ ਨੇ ਕੋਈ ਯਾਦ ਅੱਡੀ ਗਹਿਰਾਈ ਕੋਈ ਯਾਦ ਆਈ ਯਾਦ ਰਾਹ ਦੇ ਵੇਲੇ ਮਾਮਲ ਟੁਰੇ ਅੱਲਾ ਗਵਾਹ ਸ਼ਹਿਰ ਨਾ ਰੋ ਰੋ ਕੇ ਦਹਾਈ ਡੀਗਰ ਥੀ ਆਧ ਰਾਤ ਗਈ ਤਾਈ ਲੱਗਾ ਹੈ ਵਕਾਤ ਜ਼ਿਆਦਾ ਕਿਉਂ ਨਾਈ ਘਰ ਤੂੰ ਬਾਹਰ ਆਵਣ ਦੇਦਾ ਉਠ ਗਾਦੀਆਂ ਦੀ ਮਾਤਬ ਕਰਨਾ ਨਹੀਂ ਘਰ ਤੂੰ ਬਾਹਰ ਆਵਣ ਦੇਦਾ ਉਠ ਗਾਦੀ ਮੈਂ ਕੁਰਬਾਨ ਹੋ ਜਾਵਾਂ ਵਕਫਾ ਨਮਾਜ਼